ਇੱਕ ਵਾਰੀ ਗੁਰੂ ਦੇ ਪਿਆਰ ਵਿੱਚ ਸਾਰੇ ਕਰੋ ਰਸਨਾ ਪਵਿੱਤਰ, ਸਾਰੇ ਆਖੋ ਜੀ ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਤਨੋ ਤਨ ਕਹਿਆ ਤਿੰਨ ਜਮ ਨੇੜੇ ਨਾ ਆਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋ ਤਨ ਕਹਿਆ ਤਿੰਨ ਜਮ ਨੇੜੇ ਨਾ ਆਇਆ। ਸਾਰੇ ਜਪੋ। ਤਾਰਿਆ ਜਹਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋ ਤਨ ਕਹਿਆ ਤਿੰਨ ਜਮ ਨੇੜੇ ਨਾ ਆਇਆ। ਤਾਰਿਆ ਜਹਾਨ ਜਮ ਨੇੜੇ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋ ਤਨ ਕਹਿਆ ਤਿੰਨ ਜਮ ਨੇੜੇ ਨਾਇਆ। ਤਾਰਿਆ ਜਹਾਨ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋ ਤਨ ਕਹਿਆ ਤਿੰਨ ਜਮ ਨੇੜੇ ਨਾ ਆਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਹਾਨ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋ ਤਨ ਕਹਿਆ ਤਿੰਨ ਜਮ ਨੇੜੇ ਨਾਇਆ। ਸਤਿਗੁਰ ਹੋਏ ਦਇਆਲਤਾ ਸਰਥਾ ਪੂਰੀਐ। ਸਤਿਗੁਰ ਹੋਏ ਦਇਆਲਤਾ ਸਰਥਾ ਪੂਰੀਐ। ਸਤਿਗੁਰ ਹੋਏ ਦਇਆਲਤਾ ਸਰਥਾ ਪੂਰੀਐ।
सतगुर होए दयालता सरदापुरी सतगुर होए दयालना कब हूँ चूरिए सतगुर होए दयालना कब हूँ चूरिए सतगुर होए दयालता सरदापुरी सतगुर होए दयालता सरदापुरी सतगुर होए दयालता दुख ना जानिए सतगुर होए दयालता दुख ना जानिए सतगुर होए दयालता हर रंग माणिए सतगुर होए दयालता दुख ना जानिए सतगुर होए दयालता दुख ना जानिए सतगुर होए दयालता हर रंग माणिए 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 सतगुर होए दयालता सरदापुरी सतगुर होए दयालता सरदापुरी सतगुर होए दयालना कब हूँ चूरिए सतगुर होए दयालना कब हो चूरिए सतगुर होए दयालता सरदापुरिए सतगुर होए दयालता सरदापुरिए सतगुर होए दयालता जम का डर के हा सतगुर होए दयालता जम का डर के हा सतगुर होए दयालता सद ही सुख
देहा सतगुर होए दयालता सत ही सुख देहा सतगुर होए दयालता जम का डर के हा सतगुर होए दयालता जम का डर के हा सतगुर होए दयालता सद ही सुख देहा 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 सतगुर होए दयालता श्रद्धा पूरी है सारी संगत सतगुर होए दयालता श्रद्धा पूरी है सतगुर होए दयालना कब हो चूरी सतगुर होए दयाल ना कब हो चोरी करो कृपा सतगुर होए दयालता सरदा पूरी है सतगुर होए दयालता सरदा पूरी है सतगुर होए दयालता नवनीध पाइए सतगुर होए दयालता नवनीध पाइए सतगुर होए दयालता सच समाइए सतगुर होए दयालता नवनीध पाइए ओ सतगुर होए दयालता नवनीध पाइए सतगुर होए दयालता सच समाइए सतगुर होए दयालता सच समाइए सतगुर होए दयालता हाँ सच समाइए सतगुर होए दयालता हो सच समाइए सतगुर होए दयालता सरदा पूरी है ओ सतगुर होए दयालता सरदा पूरी है सारी
ਸਾਰੀ ਸੰਗਤ ਤੇ ਸਤਿਗੁਰ ਹੋਏ ਦਇਆਲਤਾ ਸਰਧਾ ਪੂਰੀ ਹੈ ਕਰ ਕਿਰਪਾ ਜੀ ਸਤਿਗੁਰ ਹੋਏ ਗੁਰ ਹੋਏ ਦਿਆਲ ਨਾ ਕਬ ਹੂੰ ਚੋਰੀਏ ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੋਰੀਏ ਹੋ ਸਤਿਗੁਰ ਹੋਏ ਦਿਆਲਤਾ ਸਰਧਾ ਪੂਰੀਏ ਗੁਰ ਹੋਏ ਦਿਆਲਤਾ ਸਰਧਾ ਪੂਰੀ ਹੈ ਸਰਧਾ ਪੂਰੀ ਹੈ ਸਰਧਾ ਪੂਰੀ ਹੈ ਸੋ ਸਾਰੇ ਸੁੱਖ ਸਾਰੀ ਪਾਤਸ਼ਾਹੀਆਂ ਸਾਰੇ ਸੁੱਖ ਗੁਰੂ ਦੀ ਰਹਿਮਤ ਵਿੱਚ ਹਨ ਉਸਦੀ ਕਿਰਪਾ ਵਿੱਚ ਹਨ ਉਸਦੇ ਬਖਸ਼ਿਸ਼ ਵਿੱਚ ਹਨ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਸੁੱਖ ਮੇਰੀ ਸਿਆਣਪ ਵਿੱਚ ਨਹੀਂ ਮੇਰੀ ਚਤੁਰਾਈ ਵਿੱਚ ਨਹੀਂ ਮੇਰੀ ਹੁਸ਼ਿਆਰੀ ਵਿੱਚ ਨਹੀਂ ਜੋ ਵੀ ਕੁਛ ਮੈਂ ਸੁੱਖ ਮਾਣ ਰਿਹਾ ਹਾਂ ਅੱਜ ਜੋ ਵੀ ਪਾਤਸ਼ਾਹੀਆਂ ਜੋ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਉਹ ਤੇਰੀ ਨਦਰ ਦਾ ਕਮਾਲ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸੋ ਸਾਰੇ ਸੁੱਖ ਤੇਰੀ ਨਦਰ ਵਿੱਚ ਹਨ ਧੰਨ ਸਤਿਗੁਰ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਗੁਰਗੱਦੀ ਦਿਵਸ ਆਪ ਸਾਰੇ ਹੀ ਬੜੇ ਪਿਆਰ ਸ਼ਰਧਾ ਨਾਲ ਮਨਾ ਰਹੇ ਹੋ ਔਰ ਕੱਲ 5 ਤਰੀਕ ਸਾਡੇ ਪਿਆਰੇ ਸਤਿਕਾਰਯੋਗ ਸੰਤ ਮਾਤਾ ਜੀ ਦਾ ਪ੍ਰਕਾਸ਼ ਪੁਰਬ ਉਹ ਵੀ ਸਾਰੀ ਸੰਗਤ ਨੇ ਮਨਾਇਆ ਹੈ ਇਹ ਸਭ ਸੰਤ ਮਾਤਾ ਜੀ ਦੀ ਬਖਸ਼ਿਸ਼ਾਂ ਹਨ ਉਹਨਾਂ ਦੀ ਕਿਰਪਾ ਹੈ ਜੋ ਉਹਨਾਂ ਨੇ ਸਾਨੂੰ ਨਾਮ ਦੇ ਨਾਲ ਬਾਣੀ ਦੇ ਨਾਲ ਜੋੜਿਆ ਹੈ ਮੈਨੂੰ ਯਾਦ ਹੈ ਉਹ ਦਿਨ ਜਦੋਂ ਮੈਂ ਉਸ ਟਾਈਮ ਸਹਿਜਧਾਰੀ ਸੀ ਅਵਲ ਤਾਂ ਵੈਸੇ ਇੱਕ ਮਹਾਂਪੁਰਸ਼ ਨੂੰ ਮੈਂ ਸੁਣ ਰਿਹਾ ਸੀ ਉਹ ਕਹਿਣ ਦੇਣ ਬਈ ਸਹਿਜਧਾਰੀ ਉਹ ਨਹੀਂ ਜਿਸਦੇ ਕੇਸ ਨਹੀਂ ਹਨ ਕਹਿੰਦੇ ਸਹਿਜਧਾਰੀ ਕੇਸ ਵਾਲਾ ਵੀ ਹੋ ਸਕਦਾ ਹੈ ਜਿਸਦੇ ਕੇਸ ਨਹੀਂ ਹਨ ਉਹ ਵੀ ਹੋ ਸਕਦਾ ਹੈ ਸਹਿਜਧਾਰੀ ਮਤਲਬ ਜੋ ਨਾਮ ਜਪ ਕੇ ਸਹਿਜ ਅਵਸਥਾ ਵਿੱਚ ਆ ਜਾਏ ਉਹ ਸਹਿਜਧਾਰੀ ਹੈ ਪਰ ਚਲੋ ਦੁਨਿਆਵੀ ਭਾਸ਼ਾ ਵਿੱਚ ਜਦੋਂ ਗੁਰੂ ਸਾਹਿਬ ਨੇ ਦਾਲਾ ਪ੍ਰਕਾਸ਼ ਨਹੀਂ ਬਖਸ਼ਿਆ ਸੀ ਤਾਂ ਦੀ ਗੱਲ ਹੈ ਜਦੋਂ ਨਵੇਂ ਜੁੜੇ ਸੀ ਮੋਤੀ ਨਗਰ ਸੰਤ ਮਾਤਾ ਜੀ ਦਾ ਹੁਕਮ ਹੋਇਆ ਬਈ ਅੱਜ ਇਤਵਾਰ ਦਾ ਦਿਨ ਹੈ ਕੀਰਤਨ ਕਰਨਾ ਹੈ ਉਸ ਦਿਨ ਸਾਡੇ ਸਤਿਕਾਰਯੋਗ ਰਾਜੂ ਭਾਈ ਸਾਹਿਬ ਉਸ ਦਿਨ ਨਹੀਂ ਆਏ ਸਨ ਇਤਵਾਰ ਦਾ ਦਿਨ ਸੀ ਬਹੁਤ ਪਹਿਲੇ ਦੀ ਗੱਲ 5-6 ਸਾਲ ਲਗਭਗ ਹੋ ਗਏ ਹਨ ਉਸ ਦਿਨ ਇਤਵਾਰ ਦਾ ਦਿਨ ਸੀ ਦਾਸ ਦੀ ਕੀਰਤਨ ਸੇਵਾ ਸੰਤ ਮਾਤਾ ਜੀ ਨੇ ਬਖਸ਼ੀ ਸੀ ਫਿਰ ਉਸ ਤੋਂ ਬਾਅਦ ਨਰੇਸ਼ ਭਾਈ ਸਾਹਿਬ ਕਹਿਣ ਲੱਗੇ ਤੁਸੀਂ ਨਾਸ਼ਤਾ ਕਰ ਲਓ ਤੁਹਾਨੂੰ ਸੰਤ ਮਾਤਾ ਜੀ ਨੇ ਯਾਦ ਕੀਤਾ ਹੈ ਉਹ ਤੁਹਾਨੂੰ ਬੁਲਾ ਰਹੇ ਹਨ ਹੁਣ ਪਹਿਲਾਂ ਨਵਾਂ ਕੀਰਤਨ ਉਸ ਟਾਈਮ ਕੀਤਾ ਸੀ ਅਸੀਂ ਸੋਚਿਆ ਵੀ ਦਿਲ ਦੀ ਧੜਕਨ ਵੱਧ ਗਈ ਹੈ ਕੋਈ ਸਾਖੀ ਲੱਗਦਾ ਹੈ ਕਿੱਥੇ ਕੁਛ ਸੁਣਾਈ ਠੀਕ ਨਹੀਂ ਲੱਗਦਾ ਅੱਜ ਮਾਤਾ ਜੀ ਨੇ ਡਾਂਟਣਾ ਹੈ ਉਸ ਟਾਈਮ ਡਰ ਲੱਗ ਰਿਹਾ ਸੀ ਕਿਉਂਕਿ ਭਾਵੇਂ ਸੰਤ ਮਹਾਂਪੁਰਸ਼ ਕੁਛ ਨਾ ਆਖਣ ਸੰਤ ਸੁਜਾਨ ਸਿੰਘ ਜੀ ਮਹਾਰਾਜ ਕਹਿੰਦੇ ਸਨ ਭਾਵੇਂ ਮਹਾਂਪੁਰਸ਼ ਕੁਝ ਵੀ ਨਾ ਆਖਣ ਫਿਰ ਵੀ ਉਹਨਾਂ ਕੋਲ ਭਉ ਲੱਗਦਾ ਹੈ ਭੈ ਲੱਗਦਾ ਹੈ ਇਸ ਗਲੀ ਵਿੱਚ ਤਾਂ ਬਈ ਬੜੇ ਧਿਆਨ ਨਾਲ ਪੈ ਰੱਖੀ ਜਿਸ ਨੇ ਕੀਤੀ ਜਰਾ ਬੇਦਬੀ ਇਸ ਗਲੀ ਵਿੱਚ ਸਹੀ ਹੋ ਮਹਾਰਾਜ ਜੀ ਦਾ ਵਚਨ ਹੈ
जिसने कीती जरा बेद भी इस गली विच सही हो, जो मंसूर चढ़ाया सूली फिर ना सानू कहियो। तो बड़ा डर लग रहा सी, पता नहीं अज माता जी ने डांटना है की आखना है। जो तो नाश्ता किया उसके बाद माता जी अपने कमरे विच वो पलंग दे उते विराजमान सन। नरेश जी ने अंदर आग्या लई, मैंने क्या थानू माता जी बुला रहे हैं। जिमें जिमें कदम वध रहे हैं, जिमें जिमें कदम वध रहे हैं, धड़कन भी वध रही है। मैं अंदर चला गया, माँ जी ने कहा बह जा, मैं बह गया। मैं माँ जी ने हाथ जोड़ के कहा माता जी कोई गलती हो गई होवे तां। माँ जी हस पाए, कहन लगे गलती असी तैनू एक होर प्रोग्राम देने आ। अज साडे किसी गुरु भाई का अंतिम अरदास का कीर्तन है इसी स्थान पर दुखमनी साहब, उत्थे तुहानू कीर्तन की सेवा करनी है। माँ जी दे मुख तो अचानक सह सुभाए बचन निकले, बच्चा बाहर दे रागियों नू क्यों बुलाना है, तू तो साढ़े घर दा ही है, तू तो साडा अपना ही है, बाहर दे रागियों नू की बुलाना है। ओ दिन सी अज दा दिन है, माँ जी ने फिर अपना ही बना लिया, सतगुरु सेवा राम जी ने अपने चरणा दे नाल ला लिया। ए माँ जी ने बख्शिश की, ओ दिन मैनू ओ शब्द ओ अल्फाज अज भी याद हैं। माता जी कहन लगे तू तो साडा अपना ही है, अपने घर दा ही है। बस वो गल सच हो गई, नानक दास मुक्ते जो बोले इहां उहां सच हो गए। माँ जी दे बचन सच हो गए और ऐसा जोड़िया फिर कि किथे होर जानदा होर जी भी नहीं करदा, क्योंकि सारी पाछाइयां सारे सुख वो तेरी नज़र विच हन, तेरी रहमत विच हन। अज सारे सतगुरु सेवा राम सच्चे पातशाह जी का गुरगद्दी दिवस भी मना रहे हो। इत्थे मैनूं छोटी जी गल याद आती है, ज्ञानी संत सिंह जी मस्कीन जिन्हां दा नाम आप सारिया ने सुनिया है, भाई साहब वचन करते हैं। एक दा आम डॉक्टर होंदा है, डॉक्टर वो आम दवाई दे देंदा है, भाई मैनूं बुखार है, कोई कहिंदा मैनूं टाइफाइड हो गया, जुकाम है, खांसी लगी है, उन्हें दवाई दे देनी है। एक होर वड्डे डॉक्टर होंदे हैं अस्पतालां विच, किसी नूं बीमारी हो गई हो भी किडनी दी लीवर दी, और डॉक्टर ने सलाह दित्ती होवे तेरी किडनी बदलनी पेगी, लीवर बदलना पेगा, ट्रांसप्लांट करना पेगा। ये हर डॉक्टर नहीं कर सकता। भाई असी सोचिए भाई क्लीनिक विच कोई आम जो डॉक्टर बैठे हैं वो किडनी किसी दूसरे की कट के फिट कर देन, ये हर डॉक्टर दे वस दी नहीं। भाई साहब बचन करते हैं कि इशारा समझण का जतन करो, एक पूरा गुरु अपनी जोत कढ के किसी दे हिरदे विच ट्रांसफर कर दे, ये पूरे गुरु की निशानी है। सतगुरु सेवा राम जी दे हिरदे विच जोत रखी गई, ये पूरे गुरु की निशानी है कि सतगुरु सेवा राम जी नूं गुरता गद्दी की प्राप्ति हुई, और ये पूरा गुरु ही उस जोत नो ट्रांसफर कर सकता है, रख सकता है। सारी बख्शीशां सारी रहमतां ट्रांसफर करके एक दूजे हिरदे विच रख देना, जिवें भाई साहब कह रहे सन ना, गुरियाई मिलती है नाले कृपा वडियाईयां रहमतां भी नाल मिलदियां हन। भाई साहब गुरु अमरदास साहिब सच्चे पातशाह दी साखी सुना रहे सन, उते छोटा जिहा प्रसंग होर भी है इन्हां दी होर गल नूं वड्डा करदे होए। एक मिनट दा समां लांगा मैं। तो जदों गुरु अमरदास साहिब सच्चे पातशाह नूं गुरता गद्दी मिली, उन्हां दे कई साथी, उन्हां दे मन विच संसा आ गया, एक कल दा नौजवान साडे नाल खेडदा हुंदा सी, फिर इन्हें गुरु घर की सेवा कीती, अज ये गुरु बन बैठा है, ये तां साडे नाल दई है, इन्हें की किसी नूं कृपा करनी है, की बख्शिश करनी है। गुरु अमरदास साहिब सच्चे पातशाह अपने साथियों के नाल जदों जा रहे सन, उस वेले उन्हां साथियों के मन विच ये गल आई कि ये तां कल साढ़े नाल ही घूमते सन, साढ़े नाल ही उठते बैठते सन, तो ये अज गुरु बन गए हैं, इन्हां नूं गुरता गद्दी मिल गई है, असी गुरु नहीं मनते। वो किसी थां ते साखी दसदी है कुछ हड्डियां पईआं सन जमीन ते,
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਜਗ੍ਹਾ ਤੋਂ ਲੰਘੇ ਉਹਨਾਂ ਦੇ ਪਵਿੱਤਰ ਚਰਨ ਉਸ ਹੱਡੀ ਦੇ ਉੱਤੇ ਆ ਗਏ। ਜਦੋਂ ਹੱਡੀ ਦੇ ਉੱਤੇ ਆਏ ਸਾਖੀ ਦੱਸਦੀ ਹੈ ਕਿ ਜਦੋਂ ਹੱਡੀ ਦੇ ਉੱਤੇ ਉਹ ਲੰਘੇ ਤੇ ਉਸ ਹੱਡੀ ਵਿੱਚੋਂ ਇੱਕ ਵਿਰਧ ਬੀਬੀ ਪ੍ਰਗਟ ਹੋ ਗਈ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਢਹਿ ਪਈ, ਮੈਂ ਸ਼ਰਾਪੀ ਹੋਈ ਹਾਂ, ਮੈਂ ਬੜੇ ਪਾਪ ਕੀਤੇ ਹਨ, ਕੁਕਰਮ ਕੀਤੇ ਹਨ, ਮੈਂ ਸ਼ਰਾਪੀ ਹੋਈ ਹਾਂ ਤੇ ਮੈਂ ਇਸ ਹੱਡੀ ਦੇ ਰੂਪ ਵਿੱਚ ਇੱਥੇ ਪਈ ਸਾਂ। ਤੇ ਮਹਾਂਪੁਰਸ਼ਾਂ ਨੇ ਬਚਨ ਕਿਹਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਤੀਜੀ ਜੋਤ ਵਿੱਚ ਆਉਣਗੇ ਤੀਜੇ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ, ਉਹਨਾਂ ਦੇ ਚਰਨ ਤੇਰੀ ਹੱਡੀ ਤੇ ਉੱਤੇ ਲੱਗਣਗੇ ਤਾਂ ਤੇਰਾ ਉਧਾਰ ਹੋਵੇਗਾ। ਜਦੋਂ ਇਹ ਨਜ਼ਾਰਾ ਵੇਖਿਆ ਉਹਨਾਂ ਸਾਥੀਆਂ ਨੂੰ ਤਾਂ ਯਕੀਨ ਹੋਇਆ ਕਿ ਆਪ ਨਾਰਾਇਣ ਕਲਾਤਾਰ ਜਗਮੇ ਪਰਵਰਿਓ, ਇਹ ਆਪ ਪਰਮੇਸ਼ਵਰ ਹੈ, ਆਪ ਪਰਮੇਸ਼ਵਰ ਦਾ ਰੂਪ ਹੈ। ਸੋ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਆਪਣੀ ਜੋਤ ਨੂੰ ਕਿਸੇ ਦੇ ਹਿਰਦੇ ਵਿੱਚ ਟ੍ਰਾਂਸਪਲਾਂਟ ਕਰ ਦੇਣਾ, ਰੱਖ ਦੇਣਾ ਔਰ ਸਾਰੀ ਵਡਿਆਈਆਂ ਸਾਰੀ ਬਖਸ਼ਿਸ਼ਾਂ ਕਰ ਦੇਣਾ। ਸੋ ਸਾਰੀ ਸੰਗਤ ਨੂੰ ਸਾਹਿਬ ਸੰਤ ਮਾਤਾ ਜੀ ਦੇ ਪ੍ਰਕਾਸ਼ ਪੁਰਬ ਦੀ ਅਤੇ ਸਤਿਗੁਰ ਸੇਵਾ ਰਾਮ ਜੀ ਦੇ ਗੁਰਗੱਦੀ ਦਿਵਸ ਦੀ ਬੇਅੰਤ 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 ਵਧਾਈਆਂ ਹੋਵਨ। ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਕੁਛ ਪੰਛੇ ਪੰਕਤੀਆਂ ਅਨਮੋਲ, ਤਬਲਾ ਨਹੀਂ ਵਜੇਗਾ ਇਹਦੇ ਨਾਲ, ਔਰ ਇਹ ਦਾਸ ਦੇ ਨਾਲ ਪੜ੍ਹ ਲਓ ਕਿ ਸਾਰੀ ਪਾਤਸ਼ਾਹੀਆਂ ਸਾਰੇ ਸੁੱਖ ਉਸਦੀ ਰਹਿਮਤ ਵਿੱਚ ਹਨ। ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ, ਨਵੀਂ ਕਵਿਤਾ ਹੈ, ਹੋ ਸਕਦਾ ਹੈ ਕਿੱਥੇ ਗਲਤੀ ਹੋ ਜਾਏ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਅੱਗੇ ਅੱਗੇ ਦਾਸ ਬੋਲੇਗਾ ਔਰ ਉਤਸ਼ਾਹ ਵਧਾਉਣ ਵਾਸਤੇ ਸਾਰਿਆਂ ਨੇ ਪਿੱਛੇ ਪਿੱਛੇ ਬੋਲਣਾ ਹੈ। ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ, ਕਰੋ ਕਿਰਪਾ। ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ, ਯਾਰੀ ਜਦੋਂ ਦੀ ਮੈਂ ਸਾਹਿਬਾ ਤੇਰੇ ਨਾਲ ਲਾਈਏ, ਯਾਰੀ ਜਦੋਂ ਵੀ ਮੈਂ ਸਾਹਿਬਾ ਤੇਰੇ ਨਾਲ ਲਾਈਏ, ਮਿਲੀ ਉਦੋਂ ਤੋਂ ਨਿਮਾਣਿਆਂ ਨੂੰ ਬਾਦਸ਼ਾਹੀਏ, ਮਿਲੀ ਉਦੋਂ ਤੋਂ ਨਿਮਾਣਿਆਂ ਨੂੰ ਬਾਦਸ਼ਾਹੀ ਕਰ ਕਿਰਪਾ। ਯਾਰੀ ਜਦੋਂ ਦੀ ਮੈਂ ਸਾਹਿਬਾ ਤੇਰੇ ਨਾਲ ਲਾਈਏ, ਯਾਰੀ ਜਦੋਂ ਵੀ ਮੈਂ ਸਾਹਿਬਾ ਤੇਰੇ ਨਾਲ ਲਾਈਏ, ਮਿਲੀ ਉਦੋਂ ਤੋਂ ਨਿਮਾਣਿਆਂ ਨੂੰ ਬਾਦਸ਼ਾਹੀਏ, ਮਿਲੀ ਉਦੋਂ ਤੋਂ ਨਿਮਾਣਿਆਂ ਨੂੰ ਬਾਦਸ਼ਾਹੀਏ। ਹੋ ਯਾਰੀ ਜਦੋਂ ਦੀ ਮੈਂ ਸਾਹਿਬਾ ਤੇਰੇ ਨਾਲ ਲਾਈਏ, ਯਾਰੀ ਜਦੋਂ ਦੀ ਮੈਂ ਸਾਹਿਬਾ ਤੇਰੇ ਨਾਲ ਲਾਈਏ, ਜੇ ਤੂੰ ਸਾਨੂੰ ਰੱਬ ਦਾ ਸਾਹਿਬਾਰਾ ਦਿਖਾਉਂਦਾ ਨਾ, ਜੇ ਤੂੰ ਸਾਨੂੰ ਭੁੱਲਿਆਂ ਨੂੰ ਰੱਬ ਨੂੰ ਮਿਲਾਉਂਦਾ ਨਾ, ਜੇ ਤੂੰ ਸਾਨੂੰ ਭੁੱਲਿਆਂ ਨੂੰ ਰੱਬ ਨੂੰ ਮਿਲਾਉਂਦਾ ਨਾ, ਕਿੱਥੇ ਸਾਨੂੰ ਸਿੱਖੀ ਵਾਲੀ ਰੰਗਤ ਚੜਾਉਣੀ ਸੀ, ਕਿੰਨੇ ਸਾਡੀ ਬਾਂ ਵਾਜਾ ਵਾਲੇ ਨੂੰ ਫੜਾਉਣੀ ਸੀ, ਕਿੰਨੇ ਸਾਡੀ ਬਾਂ ਵਾਜਾ ਵਾਲੇ ਨੂੰ ਫੜਾਉਣੀ ਸੀ। ਕਵਿਤਾ ਨਵੀਂ ਹੈ, ਇੱਕ ਵਾਰੀ ਪੰਕਤੀਆਂ ਫਿਰ ਸੁਣ ਲਓ। ਜੇ ਤੂੰ ਸਾਨੂੰ ਰੱਬ ਦਾ ਸਾਹਿਬਾਰਾ ਦਿਖਾਉਂਦਾ ਨਾ, ਜੇ ਤੂੰ ਸਾਨੂੰ ਭੁੱਲਿਆਂ ਨੂੰ ਰੱਬ ਨੂੰ ਮਿਲਾਉਂਦਾ ਨਾ, ਜੇ ਤੂੰ ਸਾਨੂੰ ਭੁੱਲਿਆਂ ਨੂੰ ਰੱਬ ਨੂੰ ਮਿਲਾਉਂਦਾ ਨਾ, ਕਿੰਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਾਉਣੀ ਸੀ, ਕਿੰਨੇ ਸਾਡੀ ਬਾਂ ਵਾਜਾ ਵਾਲੇ ਨੂੰ ਫੜਾਉਣੀ ਸੀ,
किने साड़ी बाबा जवाले तू फड़ौनी सी बेड़ी डूब जांदी हो बेड़ी डूब दांदी जेड़ी तू पार लंघाई है मिली उदो तो निमाणियानू बादशाही है यारी जदो दी फकीरा तेरे नाल लाई है यारी जदो दी मैं साहिबा तेरे नाल लाई है मिली उदो तो निमाणियानू बादशाही है मिलियो दो तो निमाणियानो बादशाहिए किथे सी औकात असी अंबराच उड़ दे किथे सी औकात इना मंजिलाच पुज दे किथे सी औकात असी मंजिलात पुज दे रैन बैण सैण दाते कैण दान चज सी वेखे ना गुना तू असी किते रज रज सी वेखे ना गुना तू असी किते रज रज सी इन्ने लायक नहीं सी ओ इन्ने लायक नहीं सी जिन्नू सानी जिन्नी सानू खैर पाई है इन्ने लायक नहीं सी जिन्नी सानू खैर पाई है मिली उदो तो निमाणियानू बादशाही है मिली उदो तो निमाणियानू बादशाही है यारी जदो दी मैं साहिबा तेरे नाल लाई है यारी जदो दीन साहिबा तेरे नाल लाईए मिली उदो तो निमाणियानू बादशाहीए मिली उदो तो निमाणियानू बादशाहीए सतगुरु सेवा राम जी विछोड़ा देके गए साहिब संत माता जी विछोड़ा देके गए उस दिन नु याद रखदे होए ये अखीरली पंक्तियां सारे पढ़ो मिलके फिर अगे कीर्तन दी समाप्ति रब दे प्यारिया विछोड़ा किवे चलिए दिल दी सुनाइए किनू केदा बुआ मलिए दिल दी सुनाइए किनू केदा बुआ मलिए रब दे प्यारिया विछोड़ा किवे चलिए दिल दी सुनाइए किनू केदा बुआ मलिए दिल दी सुनाइए किनू केदा बुआ मलिए अज भी उड़ीक दिया दिनों रात अखिया खोलिया जे प्यारा आसा दिल विच रखिया खोलिया जे प्यारा आसा दिल विच रखिया पैड़ी मौत तो भी होए पैड़ी मौत नालो हुंदी चलनी जुदाई है पैड़ी मौत नाल हुंदी चलनी जुदाई है मिली उदो तो निमाणियानू बादशाही है मिली उदो तो निमाणियानू बादशाही है यारी जदो दी मैं साहिबा तेरे नाल लाई है यारी जदो दी मैं साहिबा तेरे नाल लाईए मिली उदो तो निमाणियानू बादशाहीए मिली उदो तो निमाणियानू बादशाहीए यारी जदो दी मैं साहिबा तेरे नाल लाईए यारी जदो दी मैं साहिबा तेरे नाल लाईए सेवा था सतगुरु सेवा राम साहेब आप की दी सत
ਸਦਾ ਹੀ ਜੈ ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟਿ ਕੋਟਿ ਨਮਸਕਾਰ ਇਤਨੀ ਸੇਵਾ ਦਰਤੇ ਭਵਾਨ ਭੁੱਲਾ ਚੁੱਕਾ ਤੇ ਕਿਵਾਂ ਬਖਸ਼ਨੀ ਫਿਰ ਪਾਗਾ ਵਿੱਚ ਹੋਇਆ ਤੁਹਾਡੇ ਚਰਨਾਂ ਦੀ ਤੋੜੀ ਲਵਾਂਗੇ ਇੱਕ ਵਾਰੀ ਫਿਰ ਆਖੋ ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟਿ